ਕਿਸਾਨ ਨੇਤਾ ਜਿੰਦਾਬਾਦ ਕਸ਼ਮੀਰ ਲਾਲ ਤੇਰੀ ਸੋਚ ਤੇ ਕਸ਼ਮੀਰ ਲਾਲ ਅਮਰ ਹੈ ਕਸ਼ਮੀਰ ਲਾਲ ਜੀ ਅਮਰ ਹੈ ਦਿੱਲੀ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀਆਂ ਮੌਤਾਂ ਦਾ ਲਗਾਤਾਰ ਸਿਲਸਿਲਾ ਜਾਰੀ ਹੈ। ਬੀਤੇ ਦਿਨੀ ਫਾਜ਼ਿਲਕਾ ਦੇ ਜਲਾਲਾਬਾਦ ਦੇ ਇੱਕ ਵਕੀਲ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਟਿੱਕਰੀ ਬਾਰਡਰ ਤੇ ਸੁਸਾਈਡ ਕੀਤਾ ਗਿਆ ਸੀ ਅਤੇ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮਾਮੂ ਜੋਈਆਂ ਦੇ ਰਹਿਣ ਵਾਲੇ 65 ਸਾਲਾ ਕਸ਼ਮੀਰ ਲਾਲ ਦੀ ਵੀ ਮੌਤ ਹੋਈ ਹੈ। ਕਸ਼ਮੀਰ ਲਾਲ ਬੀਤੀ 28 ਤਰੀਕ ਨੂੰ ਦਿੱਲੀ ਗਿਆ ਸੀ ਜਿੱਥੇ 31 ਦਸੰਬਰ ਨੂੰ ਉਸਦੀ ਹਾਲਤ ਖਰਾਬ ਹੋ ਗਈ ਅਤੇ ਉਸਨੂੰ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਵੱਲੋਂ ਛਾਤੀ 'ਚ ਹੁੰਦੀ ਦਰਦ ਦਾ ਚੈੱਕਅਪ ਕਰਕੇ ਦਵਾਈ ਦਿੱਤੀ ਸੀ। ਉਸ ਤੋਂ ਅਗਲੇ ਹੀ ਦਿਨ ਕੱਲ੍ਹ ਕਸ਼ਮੀਰ ਲਾਲ ਵਾਪਸ ਜਲਾਲਾਬਾਦ ਆਪਣੇ ਘਰ ਪਰਤ ਆਇਆ ਸੀ ਅਤੇ ਸਾਰਾ ਦਿਨ ਉਹ ਮਹੂਮ ਜੋਈਆਂ ਟੋਲ ਪਲਾਜ਼ੇ ਤੇ ਧਰਨੇ ਵਿੱਚ ਸ਼ਾਮਲ ਹੋ ਗਿਆ। ਦੇਰ ਸ਼ਾਮ 8 ਵਜੇ ਦੇ ਕਰੀਬ ਜਦ ਉਹ ਧਰਨੇ ਤੋਂ ਵਾਪਸ ਆਪਣੇ ਘਰ ਨੂੰ ਜਾਣ ਲੱਗਾ ਤਾਂ ਇੱਕ ਵਾਰ ਫਿਰ ਉਸਦੀ ਤਬੀਅਤ ਖਰਾਬ ਹੋਈ ਅਤੇ ਉਸਨੂੰ ਨਿੱਜੀ ਉਪਚਾਰ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਾਲਕ ਦਾ ਬਾਣਾ ਹੀ ਮੰਨਾਂਗੇ ਕੀ ਕਵਾਂਗੇ ਅਸੀਂ। ਦਿੱਲੀ ਨੂੰ ਮਰ ਗਏ ਸੀ, ਸੋਮਵਾਰ ਗਏ ਸੀ 28 ਤਰੀਕ ਨੂੰ, ਕੱਲ ਵਾਪਸ 1 ਤਰੀਕ ਨੂੰ ਵਾਪਸ ਆਏ ਨੇ ਕੱਲ। ਉੱਥੇ ਉਹਨਾਂ ਨੂੰ ਕੁਛ ਹੋਇਆ ਸੀ, ਉੱਥੇ ਐਂਬੂਲੈਂਸ 'ਤੇ ਲੈ ਗਏ ਸੀ, ਉੱਥੇ ਹਸਪਤਾਲ ਲੈ ਗਏ ਨੇ। ਉੱਥੇ ਫਿਰ ਸਾਡਾ ਪਰਿਵਾਰ ਦੂਸਰਾ ਵੀ ਗਿਆ ਆਇਆ ਸੀ, ਲੈ ਕੇ ਆਏ ਡਾਕਟਰਾਂ ਨੇ ਉਦੋਂ ਦਵਾਈ ਦੁਈ ਦਿੱਤੀ ਅਤੇ ਉਹਨਾਂ ਭੇਜ ਤਾ ਵੀ ਲੈ ਜਾਓ ਤੁਸੀਂ ਘਰੇ, ਲੈ ਜਾਓ ਉਹਨਾਂ ਅਟੈਕ ਹੋ ਗਿਆ। ਫਿਰ ਇਹ ਫਿਰ ਘਰੇ ਲੈ ਕੇ ਆਏ ਨੇ, ਫਿਰ ਦੂਸਰਾ ਅਟੈਕ ਫਿਰ ਹੋ ਗਿਆ। ਘਰ ਜਦੋਂ ਆਏ ਸੀ ਉਦੋਂ ਠੀਕ ਸੀ? ਹਾਂਜੀ, ਉਸ ਵੇਲੇ ਤਾਂ ਉਹਨਾਂ ਨੂੰ ਤਕਲੀਫ ਹੈਗੀ ਸੀ ਅਤੇ ਫਿਰ ਰਾਤ ਨੂੰ ਉਹਨਾਂ ਨੂੰ ਫਿਰ ਅਟੈਕ ਹੋ ਗਿਆ। ਪਹਿਲਾਂ ਉੱਥੇ ਅਟੈਕ ਹੋਇਆ, ਦਿੱਲੀ ਹੋਇਆ ਉਹਨਾਂ ਨੂੰ, ਉੱਥੇ ਹੋਏ ਅਤੇ ਫਿਰ ਦੂਜਾ ਪਰਿਵਾਰ ਸੀ ਉਹ ਲੈ ਕੇ ਘਰੇ ਆ ਗਿਆ ਅਤੇ ਫਿਰ ਅਟੈਕ ਹੋ ਗਿਆ। ਕਿੰਨੇ ਬੇਟੇ ਹੈ? ਇੱਕ ਬੇਟਾ, ਇੱਕ ਨੂੰਹ, ਦੋ ਪੋਤਰੇ, ਇੱਕ ਬੇਟਾ। ਡੈਥ ਹੋ ਗਈ ਹੈ, ਇਹ ਜਿਹੜੀ ਸ਼ਹਾਦਤ ਉਹਨਾਂ ਨੇ ਦਿੱਤੀ ਹੈ, ਜਾਇਆ ਨਹੀਂ ਜਾਣ ਦਿਆਂਗੇ ਸਾਰੀ ਉਮਰ ਲਈ, ਇਹ ਸ਼ਹਾਦਤ ਨੂੰ ਅਸੀਂ ਯਾਦ ਰੱਖਾਂਗੇ। ਅਤੇ ਜੋ ਮੋਦੀ ਨੇ ਕਾਨੂੰਨ ਕਾਲੇ ਲਿਆਉਂਦੇ ਨੇ, ਭਾਵੇਂ ਸਾਡੀਆਂ ਜਿੰਨੀਆਂ ਮਰਜ਼ੀ ਹੋਰ ਸ਼ਹਾਦਤਾਂ ਹੋ ਜਾਣ, ਅਸੀਂ ਉਹਨਾਂ ਤੱਕ ਵਾਪਸ ਨਹੀਂ ਮੁੜਾਂਗੇ ਜਿੰਨਾ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋਣਗੇ। ਅਤੇ ਅੰਕਲ ਕਸ਼ਮੀਰ ਲਾਲ ਦਾ ਜਿਹੜਾ ਸਾਡੀ ਯੂਨੀਅਨ ਵੱਲੋਂ ਘਾਟਾ ਪਿਆ, ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਜੋ 10 ਲੱਖ ਰੁਪਈਆ ਅਤੇ ਇੱਕ ਪਰਿਵਾਰ ਨੂੰ ਜਿਹੜੀ ਨੌਕਰੀ ਹੈ ਉਹ ਜ਼ਰੂਰ ਦਿੱਤੀ ਜਾਵੇ। ਧੰਨਵਾਦ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।